ਸੁਧੀਰ ਗੁਪਤਾ ਪਲੈਨਿੰਗ ਦੇ ਨਾਲ ਰਣਜੀਤ ਸਾਗਰ ਡੈਮ ਸਾਡੇ ਅੱਜ ਜਿਲ੍ਹਾ ਦਾ ਲੈਵਲ ਹੈ 525.7 ਦੇ ਕਰੀਬ। ਹੁਣ ਬਾਰਿਸ਼ ਬੰਦ ਹੋਣ ਕਰਕੇ ਇਨਫਲੋ ਥੋੜ੍ਹਾ ਘੱਟ ਗਿਆ। ਹੁਣ ਪਿਛਲੇ ਕੱਲ੍ਹ ਦੀ ਪੋਜੀਸ਼ਨ ਕਾਫੀ ਕ੍ਰਿਟੀਕਲ ਸੀਗੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਲੱਗੀ ਸੀਗੀ, ਪਰ ਇਸ ਤਰ੍ਹਾਂ ਚਿੰਤਾ ਦੀ ਕੋਈ ਇਸ਼ੂ ਨਹੀਂ ਸੀਗਾ। ਸਿਚੁਏਸ਼ਨ ਸਾਰੀ ਮੋਨੀਟਰ ਕੀਤੀ ਜਾ ਰਹੀ ਸੀ ਰੈਗੂਲਰਲੀ ਟਾਈਮ ਟੂ ਟਾਈਮ। ਹੁਣ ਲੈਵਲ ਜਿਹੜਾ ਬਾਹਰ ਪਾਣੀ ਖਤਮ ਕਰਕੇ ਹੁਣ ਟ੍ਰੈਂਡ ਜਿਹੜਾ ਬਦਲ ਗਿਆ। ਬਾਕੀ ਸਾਡੀ ਜਿਹੜੀ ਸਾਰੀ ਟੀਮ ਹੈ ਉਹ ਰੈਗੂਲਰਲੀ ਮੋਨੀਟਰਿੰਗ 'ਤੇ ਨਿਗਰਾਨੀ ਕਰ ਰਹੇ ਹਾਂ, ਦੇਖ ਰਹੇ ਹਾਂ ਕਿ ਕੋਈ ਕਿਸੇ ਤਰ੍ਹਾਂ ਨਾ ਪਾਣੀ ਨੂੰ ਕੰਟਰੋਲ ਕਰਨਾ ਸਕੀ। ਪਾਵਰ ਹਾਊਸ ਸਾਡਾ 4 ਯੂਨਿਟ ਚੱਲ ਰਹੇ, ਰੈਗੂਲਰ 600 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਾਂ, ਔਰ ਇੱਕ ਗੇਟ ਅਸੀਂ ਖੋਲ੍ਹੇ ਦਾ ਜਿਸ 'ਚੋਂ ਬੜਾ ਥੋੜ੍ਹਾ ਜਿਹਾ ਡਿਸਚਾਰਜ ਅਸੀਂ ਜਿਹੜਾ ਉਹ ਕਰ ਰਹੇ ਹਾਂ। ਹੁਣ ਲੈਵਲ ਜਿਹੜਾ ਮੇਨਟੇਨ ਹੈ, ਔਰ ਆਉਣ ਵਾਲੇ ਸਮੇਂ ਜਿਹੜੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਕਰਕੇ ਕੋਈ ਸਥਿਤੀ ਕੋਈ ਇਸ ਤਰ੍ਹਾਂ ਦੀ ਕੋਈ ਲਾਜ਼ਮ ਨਹੀਂ ਹੈ। ਫਿਰ ਵੀ ਅਸੀਂ ਸਾਰੀ ਟੀਮ ਸਾਡੀ ਜਿਹੜੀ ਪੂਰੀ ਉਹਦੇ 'ਤੇ ਮੋਨੀਟਰਿੰਗ ਕਰ ਰਹੀ ਹੈ। ਮੈਂ ਲੋਕਾਂ ਨੂੰ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗਾ, ਵਿਸ਼ੇਸ਼ ਕਰਕੇ ਬੱਚਿਆਂ ਨੂੰ, ਉਹਨਾਂ ਨੂੰ ਕਿ ਬਰਸਾਤ ਦੇ ਦਿਨ 'ਚ ਦਰਿਆ ਦੇ ਕੋਲ ਨਹੀਂ ਜਾਣ। ਅਸੀਂ ਅਲੱਗ ਅਲਰਟ ਵੀ ਇਸ਼ੂ ਕਰਦੇ ਹਾਂ, ਬੁਨਿਆਦੀ ਵੀ ਕਰਵਾਉਂਦੇ ਹਾਂ ਜਦੋਂ ਵੀ ਅਸੀਂ ਪਾਣੀ ਛੋੜਦੇ ਹਾਂ, ਗੇਟ ਖੋਲ੍ਹਦੇ ਹਾਂ, ਮਗਰ ਰੂਟੀਨ 'ਚ ਵੀ ਪਾਵਰ ਹਾਊਸ ਤੋਂ ਪਾਣੀ ਚੱਲਦਾ ਹੁੰਦਾ। ਬੱਚਿਆਂ ਨੂੰ, ਬਾਕੀ ਲੋਕਾਂ ਨੂੰ, ਜਾਨਵਰਾਂ ਵਗੈਰਾ ਲੈ ਕੇ ਦਰਿਆ 'ਚ ਨਾ ਜਾਣ ਤਾਂ ਕਿ ਕੋਈ ਇਸ ਨਾਲ ਹਾਦਸਾ ਨਾ ਹੋਵੇ। ਉਹਦੇ ਦਰਿਆ ਦੇ ਵਿੱਚ ਵੀ ਪਾਣੀ ਉੱਚ ਦਰਿਆ 'ਚ ਵੀ ਕਾਫੀ ਸਾਰਾ ਪਾਣੀ ਆਇਆ, ਪਰ ਸਾਡੇ ਕੋਲ ਨਹੀਂ ਆਉਂਦਾ। ਉਹ ਨੀਚੇ ਹੈ ਸਾਡੇ ਤੋਂ ਕਾਫੀ, ਰਾਵੀ ਤੋਂ ਕਾਫੀ ਥੱਲੇ ਡਾਊਨ ਹੁੰਦਾ, ਇਸ ਕਰਕੇ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮੈਨੂੰ ਹੈ। ਪਰ ਬਰਸਾਤਾਂ ਦਿਨਾਂ 'ਚ ਉੱਚ ਵੀ ਕਾਫੀ ਪਾਣੀ ਛੋੜਦਾ ਪਾਣੀ ਜਾਣ ਦੇ ਵਿੱਚ।